ਰਾਤ ਦੇ 10:30-11 ਹੋ ਚੁੱਕੇ ਨੇ। ਪਟਿਆਲਾ ਦੀ ਗੱਲ ਕੀਤੀ ਜਾਏ, ਪਟਿਆਲਾ ਦੇ ਵਿੱਚ ਟੋਲ ਪਲਾਜ਼ਾ ਜਿਹੜਾ ਤ੍ਰੇੜੀ ਜੱਟਾ, ਉੱਥੇ ਪਟਿਆਲਾ ਪੁਲਿਸ ਵੱਲੋਂ ਜਿਹੜਾ ਹੈਗਾ ਨਾਕਾ ਲਗਾਇਆ ਗਿਆ ਹੈ, ਕਿਉਂਕਿ ਹਦਾਇਤਾਂ ਸੀ ਕਿ ਜਿਹੜੇ ਉਹ ਡਰਿੰਕ ਕਰਕੇ ਜਿਹੜੇ ਹੈਗੇ ਤੇ ਓਵਰ ਸਪੀਡ ਕਰਕੇ ਜਿਹੜੇ ਹੈਗੇ ਗੱਡੀਆਂ ਚਲਾ ਰਹੇ ਨੇ ਲੋਕੀ, ਉਹਨਾਂ ਨੂੰ ਨਾਕਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਹੈ, ਜਿਸ ਨੇ ਸਿਰਫ 6:29 ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਣਾਇਆ ਤੇ ਕਈ ਕੀਮਤੀ ਜਾਨਾਂ ਬਚਾਈਆਂ। ਮੈਂ ਲੇਡੀ ਕਾਂਸਟੇਬਲ ਅਰਸ਼ਦੀਪ ਕੌਰ, ਰੂਟ ਨੰਬਰ 90302, ਜੋ ਕਿ ਪੰਚਕੂਲਾ ਬੈਰੀਅਰ ਤੋਂ ਅਜੀਜ਼ਪੁਰ ਟੋਲ ਪਲਾਜ਼ਾ ਤੱਕ ਤਾਇਨਾਤ ਹਾਂ। ਇਹ ਜਿਹੜੀ ਸਾਡੀ ਸਰਵਿਸ ਹੈ ਜੀ, ਇਹ 24x7 ਆਵਰਸ ਤੱਕ ਚੱਲਦੀ ਹੈ ਜੀ। ਕਿਸੇ ਤਰ੍ਹਾਂ ਦਾ ਕੋਈ ਐਕਸੀਡੈਂਟ ਹੋ ਗਿਆ, ਉੱਥੇ ਅਸੀਂ ਵਿਦਇਨ 5 ਮਿੰਟ 'ਚ ਅਸੀਂ ਪਹੁੰਚ ਜਾਂਦੇ ਹਾਂ ਵੀ ਜਿਸ ਤਰ੍ਹਾਂ ਦੀ ਫਸਟ ਏਡ ਵਗੈਰਾ ਉਹਨੂੰ ਦੇਣੀ ਹੁੰਦੀ ਹੈ ਅਸੀਂ ਉਹਨੂੰ ਦੇ ਦਿੰਦੇ ਹਾਂ। ਕੋਈ ਜ਼ਿਆਦਾ ਮੇਜਰ ਹੁੰਦਾ ਫਿਰ ਜਿਹੜਾ ਕੋਈ ਨੇੜਲੇ ਸਾਡਾ ਕੋਈ ਹੋਸਪਿਟਲ ਹੁੰਦਾ ਉੱਥੇ ਅਸੀਂ ਉਹਨੂੰ ਐਡਮਿਟ ਕਰਾ ਦਿੰਦੇ ਹਾਂ। ਅਸੀਂ ਬਹੁਤ ਵਾਰੀ ਵੇਖਦੇ ਹਾਂ ਜੀ ਕਿਤੇ ਐਕਸੀਡੈਂਟ ਹੋ ਜਾਂਦਾ, ਉੱਥੇ ਆਮ ਪਬਲਿਕ ਉਸ ਐਕਸੀਡੈਂਟ ਨੂੰ ਹੱਥ ਨਹੀਂ ਪਾਉਂਦੀ। SSF ਟੀਮ ਮੌਕੇ 'ਤੇ ਪਹੁੰਚਦੀ ਆ, ਜੇ ਕੋਈ ਜ਼ਖਮੀ ਹੋਵੇ ਉਸਨੂੰ ਔਨ ਦੀ ਸਪੋਟ ਆਪਾਂ ਫਸਟ ਏਡ ਦਿੰਦੇ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ। ਹਰ 30 ਕਿਲੋਮੀਟਰ ਬਾਅਦ ਇੱਕ ਗੱਡੀ ਤੁਹਾਨੂੰ ਆਉਂਦੀ ਹੈ ਜਾਂਦੀ ਮਿਲੂਗੀ। ਕੋਈ ਟਰੱਕ ਖੜਾ ਖਰਾਬ ਹੋਇਆ, ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ, ਕਿਉਂਕਿ ਗੱਡੀਆਂ ਇੰਨੀਆਂ ਤਕੜੀਆਂ ਨੇ, ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ। ਲਗਾਇਆ ਗਿਆ ਹੈ, ਤਸਵੀਰਾਂ ਤੁਹਾਨੂੰ ਮੈਂ ਦਿਖਾ ਦੇਣਾ ਕਿ ਜਿਹੜਾ ਕਿ ਪਟਿਆਲਾ ਪੁਲਿਸ ਤੇ ਇੱਥੇ ਨੱਕ ਲਗਾਇਆ ਤੇ ਚੈਕਿੰਗ ਲਗਾਤਾਰ ਚੱਲ ਰਹੀ ਹੈ। DSP ਕਰਨੈਲ ਸਿੰਘ ਮੌਕੇ ਤੇ ਮੌਜੂਦ ਨੇ। ਪਹਿਲੇ DSP ਕਰਨੈਲ ਸਿੰਘ ਨਾਲ ਗੱਲਬਾਤ ਕਰ ਲੈਂਦੇ ਹਾਂ, ਕਿਉਂਕਿ ਨੱਕ ਵੱਡਾ ਲਗਾ ਰੱਖਿਆ। ਡਿਪਟੀ ਸਾਹਿਬ, ਨੱਕ ਲਗਾ ਰੱਖਿਆ ਜੇ, ਹਦਾਇਤਾਂ ਮੁਤਾਬਿਕ ਵੱਡਾ ਨੱਕ ਜਿਹੜਾ ਟੋਲ ਪਲਾਜ਼ੇ ਦੇ ਉੱਪਰ ਲਗਾਇਆ, ਕੀ ਕੁਛ ਚੈਕਿੰਗ ਕੀਤੀ ਜਾ ਰਹੀ ਹੈ? ਮਾਨਯੋਗ SSP ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਜਿਹੜੇ ਕਿ ਜ਼ਿਲ੍ਹਾ ਭਰ ਦੇ ਵਿੱਚ ਸਾਡੇ ਵੱਖ ਵੱਖ ਜਿਹੜੇ ਆ ਅਕਸਰ ਅਸੀਂ ਨਾਕੇ ਲਾਉਂਦੇ ਹਾਂ, ਲੇਕਿਨ ਜਿਹੜਾ ਅੱਜ ਅਸੀਂ ਆ ਟੋਲ ਪਲਾਜ਼ਾ ਜਿਹੜਾ ਬਹਾਦਰਗੜ੍ਹ ਵਾਲਾ, ਅਸੀਂ ਉਸ 'ਤੇ ਨਾਕਾ ਲਗਾਇਆ। ਤੁਸੀਂ ਦੇਖ ਰਹੇ ਹੋ ਕਿ ਜਿਹੜਾ ਵੀ ਵਿਅਕਤੀ ਕੋਈ ਆ ਰਿਹਾ ਅਸੀਂ ਉਹਨੂੰ ਚੈੱਕ ਕਰ ਰਹੇ ਹਾਂ, ਜੇ ਕਿਸੇ ਨੇ ਡਰਿੰਕ ਕੀਤੀ ਹੈ ਤਾਂ ਉਹਨਾਂ ਦਾ ਅਸੀਂ ਚਲਾਨ ਭਰਦੇ ਹਾਂ। ਅਸੀਂ 6 ਦੇ ਕਰੀਬ ਜਿਹੜੇ ਆ ਉਹ ਚਲਾਨ ਭਰੇ ਆ ਜਿਹਨਾਂ ਨੇ ਡਰਿੰਕ ਕਰਕੇ ਜੋ ਡਰਾਈਵਿੰਗ ਕਰ ਰਹੇ ਸੀ, ਔਰ ਮੈਂ ਅਪੀਲ ਕਰਦਾ ਕਿ ਸਾਨੂੰ ਡਰਿੰਕ ਕਰਕੇ ਡਰਾਈਵਿੰਗ ਨਹੀਂ ਕਰਨੀ ਚਾਹੀਦੀ। ਆਪਣੀ ਜਾਨ ਵੀ ਗੁਆ ਬੈਠਦਾ ਵਿਅਕਤੀ ਦੇ, ਜਿਹੜਾ ਕੋਈ ਸਹੀ ਡਰਾਈਵਿੰਗ ਕਰ ਰਿਹਾ ਉਸ ਦੀ ਜਾਨ ਵੀ ਲੈ ਲੈਂਦੇ ਆ। ਸੋ ਜਿਹੜੇ ਨਵੇਂ ਕਾਨੂੰਨ ਹੈ ਬਹੁਤ ਸਖ਼ਤ ਹੈ, ਜਿਹੜਾ ਵੀ ਕੋਈ ਇਸ ਤਰ੍ਹਾਂ ਡਰਿੰਕ ਕਰਕੇ ਡਰਾਈਵਿੰਗ ਕਰੇਗਾ ਉਸ ਨੂੰ ਉਹਦਾ ਡਰਾਈਵਿੰਗ ਜਿਹੜਾ ਲਾਇਸੈਂਸ ਹੈ ਉਹਦੀ ਕੈਂਸਲ ਕਰਨ ਦੀ ਜਿਹੜੀ ਆ ਉਹ ਸਿਫਾਰਸ਼ ਕੀਤੀ ਜਾਊਗੀ, ਸਸਪੈਂਡ ਕੀਤਾ ਜਾਵੇ 4 ਮਹੀਨਿਆਂ ਲਈ। ਜੇ ਫਿਰ ਵੀ ਬੰਦਾ ਕਰਦਾ ਤਾਂ ਉਹਨੂੰ ਜੇਲ੍ਹ ਤੇ ਜੁਰਮਾਨਾ ਵੀ ਹੋ ਸਕਦਾ। ਸਰ ਵੈਸੇ ਜੁਰਮਾਨਾ ਕਿੰਨਾ ਕੁ ਜੁਰਮਾਨਾ ਲੱਗ ਸਕਦਾ ਜੇ ਅਗਰ ਨੋਰਮਲ ਅਗਰ ਪਹਿਲੀ ਹਦਾਇਤ ਤੇ ਮੰਨ ਲੈਂਦਾ? ਦੇਖੋ ਇਹ ਜੱਜ ਸਾਹਿਬ ਜਾਂ RTO ਸਾਹਿਬ ਇਹਦਾ ਜੁਰਮਾਨਾ ਕਰਦੇ ਆ, 10,000 ਤੋਂ ਲੈ ਕੇ 25,000 ਰੁਪਏ ਤੱਕ ਕਿਤੇ ਵੀ ਉਹ ਜੁਰਮਾਨਾ ਕਰਦੇ ਆ। ਸੋ ਮੈਂ ਇਹੀ ਅਪੀਲ ਕਰਦਾ ਕਿ ਸਾਨੂੰ ਬਿਲਕੁਲ ਜਿਹੜਾ ਆ ਡਰਿੰਕ ਕਰਕੇ ਡਰਾਈਵਿੰਗ ਨਹੀਂ ਕਰਨੀ ਚਾਹੀਦੀ। ਸਰ ਇੱਕ ਮਸ਼ੀਨ ਹੈ ਜਿਹੜੀ ਉਸ ਤੋਂ ਚੈਕਿੰਗ ਕੀਤੀ ਜਾ ਰਹੀ ਹੈ, ਉਹ ਮਸ਼ੀਨ ਦੇ ਥਰੂ ਚੈਕਿੰਗ ਹੋ ਰਹੀ ਹੈ, ਉਸ ਤੋਂ ਪਤਾ ਲੱਗ ਰਿਹਾ ਕਿ ਕਿੰਨੇ ਕੁ ਬੰਦਿਆਂ ਨੇ ਡਰਿੰਕ ਕੀਤੀ ਹੋਈ ਹੈ? ਹਾਂ, ਦੇਖੋ ਜੇ ਮਾਮੂਲੀ ਕਿਸੇ ਨੇ ਛੋਟਾ ਮੋਟਾ ਪੈਗ ਲਾਇਆ 30-35 ਮਿਲੀ ਉਹ ਥੱਲੇ ਆ ਤਾਂ ਅਸੀਂ ਉਹਨੂੰ ਨਹੀਂ ਕਰਦੇ, ਲੇਕਿਨ ਜੇ ਕਿਸੇ ਨੇ ਡਰਿੰਕ ਕੀਤੀ ਆ ਕਿ ਉਸ ਵਿਅਕਤੀ ਨੂੰ ਅਸੀਂ ਜਿਹੜੇ ਆ ਕੋਈ ਚਲਾਨ ਭਰ ਰਹੇ।
ਹੋਰ ਕਿਸ ਤਰ੍ਹਾਂ ਦੇ ਜਿਹੜੇ ਕਿ ਚਲਾਨ ਕੀਤੇ ਜਾ ਰਹੇ ਨੇ ਕਿ ਸਪੀਡ ਵਗੈਰਾ ਜਾਂ ਓਵਰ ਸਪੀਡ ਵਗੈਰਾ ਦੇ ਇਸ ਤਰ੍ਹਾਂ ਦਾ ਵੀ ਕੋਈ ਚਲਾਨ ਕੀਤੇ ਜਾ ਰਹੇ ਨੇ? ਦੇਖੋ ਬਹੁਤ ਸਾਰੇ ਲੋਕ ਹੈ ਜਿਹੜੇ ਕਿ ਕਿਸੇ ਨੇ ਕੋਈ ਆਪਣਾ ਵੈਸੇ ਨਾਮ ਲਿਖਿਆ ਹੋਇਆ, ਕੋਈ ਸਾਡੇ ਡਿਪਾਰਟਮੈਂਟ ਦਾ ਕਈਆਂ ਨੇ ਲੋਗੋ ਲਾ ਲੈਂਦੇ ਆ, ਜਾਂ ਕੋਈ ਹੋਰ ਐਡਵੋਕੇਟ ਦਾ ਲੋਗੋ ਲਾਈ ਫਿਰ ਰਿਹਾ, ਉਹਨਾਂ ਦੇ ਵੀ ਅਸੀਂ ਚਲਾਨ ਕੱਟ ਰਹੇ ਹਾਂ। ਸੋ ਮੈਂ ਅਪੀਲ ਕਰਦਾ ਕਿ ਕਿਸੇ ਤਰ੍ਹਾਂ ਦਾ ਵੀ ਗੱਡੀਆਂ 'ਤੇ ਆਪਾਂ ਲੋਗੋ ਲਗਾ ਕੇ ਨਹੀਂ ਚੱਲ ਸਕਦੇ, ਔਰ ਨਾ ਹੀ ਸਾਨੂੰ ਇਸ ਤਰ੍ਹਾਂ ਦਾ ਲਗਾਉਣਾ ਚਾਹੀਦਾ। ਜੇ ਕੋਈ ਇਸ ਤਰ੍ਹਾਂ ਦਾ ਕੋਈ ਲਗਾ ਕੇ ਚੱਲਦਾ ਤਾਂ ਉਹਨਾਂ ਦੇ ਚਲਾਨ ਕੱਟ। ਜਿਸ ਤਰ੍ਹਾਂ ਕਿ ਗੱਡੀਆਂ ਦੇ ਉੱਪਰ ਬੱਤੀਆਂ ਲਗਾ ਕੇ ਜਿਸ ਤਰ੍ਹਾਂ ਕਿ ਬੱਤੀਆਂ ਦੀ ਮਨਾਹੀ ਹੈ ਕਿ ਸਿਰਫ ਆਫੀਸਰ ਰੈਂਕ ਜਿਹੜੇ ਉੱਪਰ ਨੇ ਉਹਨਾਂ ਦੇ ਬੱਤੀਆਂ ਲੱਗਣਗੀਆਂ, ਉਹਨਾਂ ਨੂੰ ਉਹਨਾਂ ਦੇ ਵੀ ਚਲਾਨ ਕੱਟੇ ਜਾ ਰਹੇ ਰੋਕੇ ਜਾ ਰਹੇ ਉਹਨਾਂ ਨੂੰ? ਹਾਂ ਬਿਲਕੁਲ, ਜੇ ਕੋਈ ਇਸ ਤਰ੍ਹਾਂ ਦੀ ਕੋਈ ਵੀ ਵਿਅਕਤੀ ਆ ਜੇ ਕੋਈ ਆਪਣੀ ਲਾਈਟ ਇੱਦਾਂ ਦੀ ਲਗਾ ਕੇ ਚੱਲ ਰਿਹਾ ਤਾਂ ਉਸਦਾ ਚਲਾਨ ਭਰਿਆ ਜਾਏਗਾ ਔਰ ਉਸਨੂੰ ਜੁਰਮਾਨਾ ਹੋਏਗਾ, ਪਲੱਸ ਜੇ ਕੋਈ ਉਸਨੂੰ ਜੱਜ ਸਾਹਿਬ ਜੇਲ੍ਹ ਵੀ ਭੇਜ ਸਕਦੇ। ਕਈ ਵਾਰ ਸ਼ਹਿਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਨੇ, ਸ਼ਹਿਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਕਾਰਵਾਈਆਂ ਕੀਤੀਆਂ ਜਾਣਗੀਆਂ? ਕਿਉਂਕਿ ਅੱਜ ਫੇਰ ਜਿਹੜੇ ਹੈਗੇ ਇੱਕ ਦੂਸਰੀ ਜਗ੍ਹਾ ਤੇ ਹੈਗੇ ਗੱਡੀ ਜਿਹੜੀ ਛੋਟੇ ਬੱਚਿਆਂ ਦੀ ਪਲਟ ਗਈ ਆ ਉਹਨਾਂ ਦੇ ਉੱਪਰ ਵੀ ਚਲਾਨ ਕੱਟਿਆ ਜਾਏਗਾ ਉਹਨਾਂ ਦੇ ਬੱਸਾਂ ਦੇ ਜਿਹਨਾਂ ਦੇ ਉੱਪਰ ਕਾਗਜ਼ ਨਹੀਂ ਹੈਗੇ? ਦੇਖੋ ਕੋਈ ਵੀ ਆ ਵਿਅਕਤੀ ਜੇ ਕੋਈ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਔਰ ਉਸਦਾ ਜਿਹੜਾ ਉਹ ਚਲਾਨ ਕੱਟਿਆ ਜਾਏਗਾ, ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਮਾਫ਼ੀ ਨਹੀਂ ਕੀਤੀ ਦਿੱਤੀ ਜਾਊਗੀ। ਤਾਂ ਕਿ ਅਸੀਂ ਬਹੁਤ ਸਾਰੇ ਜਿਸ ਤਰ੍ਹਾਂ ਕਿ ਬੱਚੇ ਕੋਈ ਅੰਡਰੇਜ ਚੱਲ ਰਹੇ ਆ ਉਹਨਾਂ ਦਾ ਅਸੀਂ 31 ਤਰੀਕ ਤੱਕ ਅਵੇਅਰ ਵੀ ਕਰ ਰਹੇ ਹਾਂ ਲੋਕਾਂ ਨੂੰ ਕਿ ਕੋਈ ਵੀ ਵਿਅਕਤੀ ਜਿਹੜਾ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ, ਜਿਹੜਾ ਕਿ ਬੱਚਿਆਂ ਨੂੰ ਕੋਈ ਅੰਡਰੇਜ ਬੱਚਿਆਂ ਨੂੰ 2-ਵੀਲਰ ਜਾਂ 4-ਵੀਲਰ ਚਲਾਉਣ ਦੇ ਅਦਰ ਵੀ ਉਹ ਬੱਚਾ ਫੜਿਆ ਜਾਂਦਾ, ਜਿਸ ਵਿਅਕਤੀ ਦਾ 2-ਵੀਲਰ ਆ ਜਾਂ ਕੋਈ ਕਾਰ ਹੈ ਤੇ ਉਸ ਵਿਅਕਤੀ ਨੂੰ ਜੇਲ੍ਹ ਤੇ ਜੁਰਮਾਨਾ ਹੋ ਸਕਦਾ 25,000 ਰੁਪਏ ਤੱਕ ਜੁਰਮਾਨਾ। ਉਹ ਜਿਸ ਤਰ੍ਹਾਂ ਕਿ ਛੋਟੀ ਉਮਰ ਦਾ ਬੱਚਾ ਉਹਦੇ ਮਾਂ ਪਿਓ ਨੂੰ ਜੁਰਮਾਨਾ ਹੋਏਗਾ ਜਾਂ ਬੱਚੇ ਨੂੰ ਹੀ ਹੋਏਗਾ? ਦੇਖੋ ਜਿਹੜਾ ਬੱਚਾ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਫਾਦਰ ਸਾਹਿਬ ਨੂੰ ਹੋਏਗਾ ਜੁਰਮਾਨਾ, ਜੇ ਉਹ ਕਿਸੇ ਨੇ ਬੱਚੇ ਨੂੰ ਬਾਹਰੋਂ ਮੰਗਵਾ ਮੋਟਰਸਾਈਕਲ ਦਿੱਤਾ ਜਾਂ ਕਾਰ ਦਿੱਤੀ ਉਸ ਤੇ ਜੇਲ੍ਹ ਤੇ ਜੁਰਮਾਨਾ ਉਹਨੂੰ ਹੋਏ। ਕਈ ਵਾਰ ਸ਼ਰਾਰਤੀ ਅੰਸਰ ਨੇ ਕੋਈ ਹੁੱਲੜਬਾਜ਼ੀਆਂ ਵੀ ਕਰਦੇ ਨੇ ਸ਼ਹਿਰ ਦੇ ਵਿੱਚ, ਜਿਵੇਂ ਕਿ ਉਹਨਾਂ ਦੇ ਉੱਪਰ ਕੋਈ ਕਾਰਵਾਈ ਕੀਤੀ ਜਾਏਗੀ? ਤੁਸੀਂ ਰੋਜ਼ਾਨਾ ਦੇਖਦੇ ਆ ਕਿ ਸਾਡੇ ਜਿਹੜੇ ਮੇਰੇ ਸਪੈਸ਼ਲ ਨਾਕਾਬੰਦੀ ਲੱਗਦੀ ਆ ਔਰ ਜਿਹੜੇ ਹੁੱਲੜਬਾਜ਼ ਆ ਉਹਨਾਂ ਦੇ ਚਲਾਨ ਕੱਟੇ ਜਾਂਦੇ ਆ ਔਰ ਕਿਸੇ ਨੂੰ ਵੀ ਇਸ ਤਰ੍ਹਾਂ ਬਖਸ਼ਿਆ ਨਹੀਂ ਜਾਊਗਾ ਔਰ ਖਾਸ ਕਰਕੇ ਜੇ ਕੋਈ ਨੰਬਰ ਪਲੇਟਾਂ ਤੋਂ ਬਿਨਾਂ ਚੱਲ ਰਿਹਾ ਤਾਂ ਅਸੀਂ ਉਹਨਾਂ ਨੂੰ ਵੀ ਬਾਉਂਡ ਕਰ ਰਹੇ ਹਾਂ ਵੀ ਬਿਨਾਂ ਨੰਬਰ ਪਲੇਟ ਤੋਂ ਸਾਡੇ ਲਈ ਤਾਂ ਉਹ ਬੰਦਾ ਕ੍ਰਿਮੀਨਲ ਆ ਵੀ ਉਹ ਆਪਣੀ ਜਿਹੜਾ ਮੋਟਰਸਾਈਕਲ ਦੀ ਪਛਾਣ ਛੁਪਾ ਕੇ ਕੋਈ ਨਾ ਕੋਈ ਉਹ ਵਾਰਦਾਤ ਕਰ ਸਕਦਾ। ਸੋ ਛੋਟੇ ਨੰਬਰ ਲਿਖ ਕੇ ਚੱਲਣਾ ਜਾਂ ਬਿਨਾਂ ਨੰਬਰ ਪਲੇਟ ਤੋਂ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਤੁਸੀਂ ਦੇਖ ਰਹੇ ਹੋ ਕਿ DSP ਕਰਨੈਲ ਸਿੰਘ ਨੇ ਜਿਹੜਾ ਹੈਗਾ ਮੌਕੇ ਤੇ ਆਪ ਜਿਹੜਾ ਹੈਗਾ ਨਾਕਾ ਲਗਾ ਰੱਖਿਆ, ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਖੁਦ ਜਿਹੜੀ ਹੈਗੀ ਹੈ ਇੱਥੇ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ, ਗੱਡੀਆਂ ਦੀ ਜਿਹੜੀ ਹੈ ਚਾਹੇ ਜਿਹੜੀ ਮਰਜ਼ੀ ਗੱਡੀ ਹੈ ਉਹਨੂੰ ਚੈੱਕ ਕਰਦੇ ਹੋਏ ਨਜ਼ਰ ਆ ਰਹੇ ਨੇ, ਚਾਹੇ VIP ਗੱਡੀ ਹੈ ਚਾਹੇ ਜਿਹੜੀ ਮਰਜ਼ੀ ਗੱਡੀ ਹੈ। ਤੇ ਕਿਉਂਕਿ ਇੱਕ ਗੱਡੀ ਜਿਹੜੀ ਹੈਗੀ ਹੈ ਚੇਅਰਮੈਨ ਦਾ ਜਿਹੜੇ ਉਹਨੇ ਲਾਈਟਿੰਗ ਲਗਾ ਰੱਖੀ ਸੀ ਗੱਡੀ ਦੇ ਵਿੱਚ ਉਹਨੂੰ ਵੀ ਚੈੱਕ ਕੀਤਾ ਗਿਆ ਤੇ ਉਹਦੀ ਲਾਈਟਿੰਗ ਉਤਰਵਾਈ ਗਈ ਤੇ ਉਹਦਾ ਚਲਾਨ ਕੱਟਿਆ ਗਿਆ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ DSP ਕਰਨੈਲ ਸਿੰਘ ਜਿਹੜੇ ਹੈਗੇ ਨੇ ਉਹ ਖੁਦ ਨਾਕਾ ਲਗਾ ਕੇ ਤੇ ਖੜੇ ਹੋਏ ਨੇ ਤੇ ਗੱਡੀਆਂ ਚੈੱਕ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ, ਤੇ ਹੋਰ ਵੀ ਜਿਹੜੀ ਗੱਡੀਆਂ ਵੱਡੀਆਂ ਗੱਡੀਆਂ ਆ ਰਹੀਆਂ ਨੇ ਚਾਹੇ ਉਹ ਛੋਟੀ ਗੱਡੀ ਹੈ ਸਭ ਨੂੰ ਚੈਕਿੰਗ ਕਰੀ ਜਾ ਰਹੀ ਹੈ। ਟੋਲ ਪਲਾਜ਼ਾ ਜਿਹੜਾ ਹੈਗਾ ਇੱਥੇ ਸਾਰੀ ਚੈਕਿੰਗ ਹੋ ਰਹੀ ਹੈ, ਵੱਡੇ ਛੋਟੇ ਛੋਟੇ ਸਭ ਨੂੰ ਚੈੱਕ ਕੀਤਾ ਜਾ ਰਿਹਾ ਹੈਗਾ। DSP ਕਰਨੈਲ ਸਿੰਘ ਦਾ ਕਹਿਣਾ ਹੈ ਕਿ ਜਿਹੜੇ ਹੈਗੇ ਨੇ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਮਸ਼ੀਨ ਹੈ ਉਹਨੂੰ ਲਗਾ ਕੇ ਚੈੱਕ ਕੀਤਾ ਜਾ ਰਿਹਾ ਹੈਗਾ ਕਿ ਡਰਿੰਕ ਕੀਤੀ ਹੈ ਕਿ ਨਹੀਂ ਕੀਤੀ ਹੈਗੀ ਹੈ। ਸੋ ਜੋ ਮਸ਼ੀਨ ਹੈ ਉਹਦੇ ਉੱਪਰ ਚੈਕਿੰਗ ਕੀਤੀ ਜਾ ਰਹੀ ਹੈ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਡਿਪਟੀ ਸਾਹਿਬ ਖੁਦ ਚੈੱਕ ਕਰ ਰਹੇ ਨੇ ਮਸ਼ੀਨ ਨੂੰ ਕਿ ਹਾਂ ਕਿ ਲੱਗ ਰਿਹਾ ਕਿ ਡਰਿੰਕ ਕੀਤੀ ਹੈ ਕਿ ਨਹੀਂ ਕੀਤੀ ਹੈਗੀ। ਸਰ ਕੀ ਲੱਗ ਰਿਹਾ ਕਿ ਡਰਿੰਕ ਕੀਤੀ ਹੋਈ ਹੈ? ਨਹੀਂ, ਇਹਦੇ ਵਿੱਚ ਡਰਿੰਕ ਨਹੀਂ ਕੀਤੀ। ਜਿਹਨਾਂ ਵਿਅਕਤੀਆਂ ਨੇ
ਡਰਿੰਕ ਨਹੀਂ ਕੀਤੀ, ਉਹਨਾਂ ਨੇ ਸੀਟ ਬੈਲਟ ਨਹੀਂ ਕਿਸੇ ਦੀ ਲੱਗੀ ਹੋਈ, ਉਹਨਾਂ ਨੂੰ ਅਵੇਅਰ ਕਰ ਰਹੇ ਆ ਸੀਟ ਬੈਲਟ ਲਗਾ ਕੇ ਚੱਲੋ, ਔਰ ਜਿਹੜੇ ਪਿੱਛੇ ਵਿਅਕਤੀ ਬੈਠਦੇ ਆ ਉਹਨਾਂ ਦੀ ਵੀ ਸੀਟ ਬੈਲਟ ਲੱਗੀ ਹੋਣੀ ਚਾਹੀਦੀ ਹੈ ਤਾਂ ਕਿ ਅਚਾਨਕ ਕਦੀ ਐਕਸੀਡੈਂਟ ਹੁੰਦਾ। ਜੇ ਪਿੱਛੇ ਵੀ ਸੀਟ ਬੈਲਟ ਨਹੀਂ ਲਗਾ ਕੇ ਚੱਲਦਾ ਉਹਦੇ ਵੀ ਚਲਾਨ ਕੱਟੇ ਜਾਣਗੇ। ਤੁਸੀਂ ਦੇਖਿਆ ਕਿ ਅਵੇਅਰਨੈਸ ਵੀ ਨਾਲ ਦੀ ਨਾਲ ਦਿੱਤੀ ਜਾ ਰਹੀ ਹੈ ਕਿਉਂਕਿ ਸੀਲ ਬੈਲਟਾਂ ਕਈਆਂ ਨੇ ਨਹੀਂ ਲਗਾਈਆਂ ਹੁੰਦੀਆਂ ਤੇ ਉਹਨਾਂ ਦੀ ਜਿਹੜੀ ਆ ਸੀਲ ਬੈਲਟਾਂ ਵਾਸਤੇ ਵੀ ਉਹਨਾਂ ਨੂੰ ਕਿਹਾ ਜਾ ਰਿਹਾ ਹੈ। ਤੁਸੀਂ ਦੇਖ ਰਹੇ ਹੋ ਕਿ ਹਰ ਗੱਡੀ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈਗੀ ਆ, ਕਿਸੇ ਨੂੰ ਨਹੀਂ ਬਖਸ਼ਿਆ ਜਾ ਰਿਹਾ ਹੈਗਾ। ਡੀ ਐਸ ਪੀ ਕਰਨੈਲ ਸਿੰਘ ਨੇ ਖੁਦ ਮੋਰਚਾ ਜਿਹੜਾ ਹੈਗਾ ਇੱਥੇ ਸੰਭਾਲਿਆ ਹੋਇਆ, ਰਾਤ ਦੇ 11:45 ਵੱਜ ਚੱਲੇ ਨੇ ਤੇ ਖੁਦ ਚੈਕਿੰਗ ਜਿਹੜੀ ਕਰਦੇ ਹੋਏ ਨਜ਼ਰ ਆ ਰਹੇ ਨੇ। ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਘੁੰਮਣ ਦੀ ਰਿਪੋਰਟ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।